ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਿਆਰੇ ਕਿਸਾਨ ਵੀਰੋ, ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ, ਫਿਰੋਜ਼ਪੁਰ ਕਲਾਂ, ਜ਼ਿਲ੍ਹਾ ਜਲੰਧਰ ਤੋਂ। ਦੋਸਤੋ, ਕਾਫੀ ਸਮਾਂ ਪਹਿਲਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਲੋਕ, ਸਾਡੇ ਭਾਰਤ ਦੇ ਲੋਕ ਦੀਵਾਲੀ ਦਾ ਤਿਉਹਾਰ ਘਿਓ ਦੇ, ਬਲਕਿ ਦੇਸੀ ਘਿਓ ਦੇ ਦੀਵੇ ਬਾਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਸੀ। ਬੜਾ ਵਧੀਆ ਸੀ, ਕਿਉਂਕਿ ਦੇਸੀ ਘਿਓ ਦਾ ਦੀਵਾ ਜਿੱਥੇ ਬਣਦਾ ਹੈ ਉੱਥੇ ਵਾਤਾਵਰਨ ਬਹੁਤ ਹੀ ਸ਼ੁੱਧ ਹੁੰਦਾ ਹੈ। ਅਤੇ ਉਸ ਦੇ ਉਲਟ ਅੱਜ ਅਸੀਂ ਦੋਸਤੋ ਕੀ ਕਰ ਰਹੇ ਹਾਂ, ਪੰਜਾਬ ਦੇ ਵਿੱਚ ਹੀ ਖਾਸ ਕਰਕੇ ਲਾਈਏ, ਕਿਉਂਕਿ ਝੋਨੇ ਦੀ ਪੈਦਾਵਾਰ ਜ਼ਿਆਦਾ ਪੰਜਾਬ ਅਤੇ ਹਰਿਆਣਾ 'ਚ ਹੀ ਹੁੰਦੀ ਹੈ। ਕਿਸਾਨ ਵੀਰ ਕੀ ਕਿਵੇਂ ਇਹ ਤਿਉਹਾਰ ਮਨਾ ਰਹੇ ਆ ਝੋਨੇ ਦੀ ਪਰਾਲੀ ਮੰਗ ਲਾ ਕੇ? ਦੇਖੋ ਦੋਸਤੋ, ਕਿੰਨੀ ਮਾੜੀ ਗੱਲ ਹੈ ਕਿ ਇੱਕ ਸਮਾਂ ਉਹ ਸੀ ਜਦੋਂ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਘਿਓ ਦੇ ਦੀਵੇ ਵਾਲੇ ਜਾਂਦੇ ਸੀ, ਅਤੇ ਇੱਕ ਸਮਾਂ ਅੱਜ ਹੈ ਜਿੱਥੇ ਅਸੀਂ ਪਰਾਲੀ ਨੂੰ ਜਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਦੋਸਤੋ, ਇੰਝ ਨਾ ਕਰੀਏ, ਜੇ ਅਸੀਂ ਸਮਾਂ ਰਹਿੰਦੇ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਸਕਦੇ ਹਾਂ। ਬੱਚੇ, ਬੁੱਢਿਆਂ ਨੂੰ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਜਾਂਦੀ, ਇਹਨਾਂ ਦਿਨਾਂ ਦੇ ਵਿੱਚ ਕਾਫੀ ਵਿਗੜ ਜਾਂਦੀ ਹੈ ਉਹਨਾਂ ਦੀ ਤਬੀਅਤ। ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਵੇਲੇ ਹੁਣ ਸਮਾਂ ਆ ਸਾਨੂੰ ਸੰਭਲਣ ਦਾ। ਪਰਾਲੀ ਨੂੰ ਆਪਾਂ ਖੇਤ ਦੇ ਵਿੱਚ ਅੱਗ ਨਾ ਲਾਈਏ, ਬਲਕਿ ਇਹਨੂੰ ਜ਼ਮੀਨ ਦੇ ਵਿੱਚੇ ਬਾਹੀਏ। ਜ਼ਮੀਨ ਦੇ ਵਿੱਚੇ ਵਾਹੁਣ ਵਾਲੀਆਂ ਬਹੁਤ ਸਾਰੀਆਂ ਮਸ਼ੀਨਾਂ ਹੁਣ ਪੰਜਾਬ ਦੇ ਵਿੱਚ ਆ ਚੁੱਕੀਆਂ ਨੇ। 2 ਸਾਲ ਹੋ ਗਏ ਨੇ ਖੇਤੀਬਾੜੀ ਮਹਿਕਮਾ ਇਸੇ ਉੱਤੇ ਲੱਗਿਆ, ਪ੍ਰਚਾਰ ਕਰਨ 'ਤੇ ਲੱਗਿਆ ਕਿ ਇਹਦੇ ਫਾਇਦੇ ਅਤੇ ਨੁਕਸਾਨ ਕੀ ਨੇ ਪਰਾਲੀ ਦੇ। ਫਾਇਦੇ ਕੀ ਨੇ ਜ਼ਮੀਨ ਦੇ ਵਿੱਚ ਵਾਹੁਣ ਦੇ, ਅਤੇ ਨੁਕਸਾਨ ਕੀ ਨੇ ਜਦੋਂ ਅਸੀਂ ਅੱਗ ਲਾ ਦਿੰਦੇ? ਸੋ ਮੈਨੂੰ ਲੱਗਦਾ ਕਿ 2 ਸਾਲ ਦਾ ਸਮਾਂ ਕਾਫੀ ਹੁੰਦਾ। ਮਸ਼ੀਨਾਂ ਵੀ ਬਹੁਤ ਸੂਧ ਕੇ ਸਾਡੇ ਕੋਲ ਆ ਚੁੱਕੀਆਂ ਨੇ, ਹੁਣ ਤਾਂ ਅਸੀਂ ਕੋਈ ਬਹਾਨਾ ਨਾ ਲਾਈਏ। ਆਓ ਆਪਾਂ ਸਾਰੇ ਰਲ ਕੇ ਵਾਤਾਵਰਨ ਨੂੰ ਸ਼ੁੱਧ ਬਣਾਈਏ, ਪ੍ਰਣ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਅਤੇ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਵਾਂਗੇ।